ਅਮਰਗੜ੍ਹ ਦੇ ਵਿੱਚ ਕਹਿੰਦੇ ਦੋ ਦੋ ਨੇਰੀਆਂ ਸੀਗੀਆਂ, ਪਾਰਟੀ ਦੀ ਵੀ ਸੀ, ਆਮ ਆਦਮੀ ਪਾਰਟੀ ਦੀ ਵੀ ਸੀ, ਹਾਲਾਂਕਿ ਅਕਾਲੀ ਦਲ ਵੀ ਉੱਥੋਂ ਦੀ ਚੋਣ ਲੜ ਰਿਹਾ ਸੀ। ਕੀ ਲੱਗਦਾ ਇਸ ਵਾਰ ਅਮਰਗੜ੍ਹ ਦੇ ਵਿੱਚ ਤੁਹਾਨੂੰ ਕੀ ਲੱਗਿਆ, ਤੁਹਾਡੇ ਹਾਰ ਦੇ ਕੀ ਕਾਰਨ? ਪਾਰਟੀ ਨੂੰ ਲੱਗਦਾ ਸੀ ਸੀਟ ਜਿੱਤ ਨਹੀਂ ਸਕਦੇ, ਪਾਰਟੀ ਨੂੰ ਲੱਗਿਆ ਕਿ ਇੱਥੇ ਜਾ ਕੇ ਇਹ ਮੁੰਡਾ ਕੰਮ ਕਰਦੇ, ਪਾਰਟੀ ਨੇ ਤੁਹਾਡਾ ਪੋਲੀਟੀਕਲ ਕਰੀਅਰ ਸ਼ੁਰੂ ਹੁੰਦੇ ਹੀ ਖਤਮ ਕਰ ਦਿੱਤਾ। ਇਹ ਜਿਵੇਂ ਹਰੀਸ਼ ਚੌਧਰੀ ਜੀ ਨੇ ਕਿਹਾ, ਚੰਨੀ ਸਾਹਿਬ ਨੇ ਕਿਹਾ, ਸਿੱਧੂ ਸਾਹਿਬ ਨੇ ਆ ਕੇ ਹਲਕੇ 'ਚ ਕਿਹਾ ਕਿ ਕਿਹੜੀ ਯੋਗਤਾ ਦੇਖ ਕੇ ਦਿੱਤੀ, ਕਿਹੜਾ ਕੰਮ ਦੇਖ ਕੇ ਦਿੱਤੀ। ਜੇ ਪਾਰਟੀ ਨੂੰ ਲੱਗਦਾ ਸੀ ਕੋਈ ਹੋਰ ਚਾਂਸ ਨਹੀਂ ਤਾਂ ਦਿੱਤੀ। ਮੇਰੇ ਖਿਲਾਫ਼ ਜੋ ਜਿੱਤੇ ਨੇ ਉਹਨਾਂ ਦਾ 500 ਕਰੋੜ ਦਾ ਨੋਨ ਪਰਫੋਰਮਿੰਗ ਅਸੈਟ ਸੀਗਾ, 380 ਕਰੋੜ ਮਾਫ਼ ਹੋ ਗਏ, 120 ਕਰੋੜ ਦਿੱਤੇ ਨੇ। ਉਹ ਤਾਂ ਕੋਈ ਆਮ ਆਦਮੀ ਨਹੀਂ, ਚੌਥੀ ਪਾਰਟੀ 'ਚੋਂ ਇਲੈਕਸ਼ਨ ਲੜ ਰਹੇ ਨੇ। ਮੇਰੇ ਫਾਦਰ ਸਾਹਿਬ ਉਹੀ ਜ਼ਮੀਨ ਹੈ ਜੋ ਦਾਦਾ ਜੀ ਕੋਲ ਸੀਗੀ, ਪਿੰਡ ਰਹਿੰਦੇ ਨੇ, ਖੇਤੀ ਕਰਦੇ ਨੇ। ਮੈਂ ਤਾਂ ਸਭ ਕੁਝ ਤਿਆਗ ਕੇ ਰਾਜਨੀਤੀ 'ਚ ਆਇਆ, ਮੈਂ ਤਾਂ ਸਭ ਕੁਝ ਛੱਡ ਕੇ ਰਾਜਨੀਤੀ 'ਚ ਆਇਆ, ਅਸਲ ਆਮ ਆਦਮੀ ਦਾ ਆਇਆ। ਆਪਾਂ ਈ ਟੀ ਟੀਚਰ ਪੱਕੇ ਕਰਨਾ, ਇਹਨਾਂ ਨੇ 1000 ਰੁਪਏ ਦੇਣੇ ਆ, ਅਤੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਰਾਘਵ ਚੱਡਾ ਜੀ ਨੇ ਕਿਹਾ 30,000 ਰੇਤੇ 'ਚੋਂ ਕੱਢਣਗੇ, ਮੈਂ ਉਡੀਕ ਕਰਾਂਗਾ। ਮੈਂ ਦੇਖਣਾ ਚਾਹੁੰਦਾ ਲਿਕਰ ਦੀ ਪਾਲਿਸੀ ਕੌਣ ਲਿਖਦਾ, ਕਿਤੇ ਕੋਈ ਲਿਕਰ ਮਾਫੀਆ ਤਾਂ ਨਹੀਂ ਲਿਖ ਰਿਹਾ। ਉਹ ਲੜਾਈ ਲੜਨ ਦੀ ਲੋੜ ਹੈ। ਇਸ ਬੜੇ ਹਿਸਟੋਰੀਅਨ ਇਹ ਗੱਲ ਕਹਿੰਦੇ ਨੇ ਕਿ ਭਗਤ ਸਿੰਘ ਜੀ ਸ਼ਾਇਦ ਚਿੱਟੀ ਪੱਗ ਬੰਨਦੇ ਸੀ, ਕਿਉਂਕਿ ਉਹਨੇ ਤਸਵੀਰਾਂ ਸਿਰਫ 4 ਨੇ, ਉਹਨੇ 2 ਪੱਗ ਪਾਈ ਆ, ਇੱਕ ਖੁੱਲੀ ਪੱਗ, ਇੱਕ ਟੋਪੀ ਵਾਲੀ ਆ, ਇੱਕ ਵਾਲ ਖੁੱਲੇ ਨੇ। ਪੀਲੀ ਪੱਗ ਇਕੱਠੀਆਂ ਕਰਾਉਣਾ ਆਸਾਨ ਆ, ਭਗਤ ਸਿੰਘ ਦੀ ਸੋਚ 'ਤੇ ਚੱਲਣਾ ਮੁਸ਼ਕਿਲ ਹੈ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਗਗਨਦੀਪ ਸਿੰਘ। ਕਾਂਗਰਸ ਦੀ ਕਰਾਰੀ ਹਾਰ ਹੋਈ ਹੈ, 77 ਸੀਟਾਂ ਤੋਂ ਪਾਰਟੀ 18 ਸੀਟਾਂ ਦੇ ਉੱਤੇ ਆ ਗਈ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਜ਼ਰੂਰ ਕਹਿੰਦੇ ਸੀ ਪੰਜਾਬ ਮਾਡਲ ਦੀ ਗੱਲ ਕਰਨੀ ਹੈ, ਪੰਜਾਬ ਨੂੰ ਬਦਲਣਾ ਹੈ, ਪਰ ਲੋਕਾਂ ਨੇ ਉਹ ਬਦਲ ਸਵੀਕਾਰ ਨਹੀਂ ਕੀਤਾ, ਬਲਕਿ ਬਦਲ ਆਮ ਆਦਮੀ ਪਾਰਟੀ ਦਾ ਸਵੀਕਾਰ ਕਰ ਲਿੱਤਾ ਹੈ। ਸਾਡੇ ਨਾਲ ਸਮਿਤ ਸਿੰਘ ਹੋਣੀ ਮੌਜੂਦ ਨੇ, ਅਮਰਗੜ੍ਹ ਤੋਂ ਚੋਣ ਲੜੇ ਸੀ ਔਰ ਪੰਜਾਬ ਮਾਡਲ ਦੇ ਵਿੱਚ ਇਹਨਾਂ ਦੀ ਇੱਕ ਵੱਡੀ ਦੇਣ ਰਹੀ ਹੈ, ਪੰਜਾਬ ਮਾਡਲ ਦੇ ਵਿੱਚ ਇਹਨਾਂ ਦੀ ਕੰਟਰੀਬਿਊਸ਼ਨ ਰਹੀ, ਪਰ ਕਿਉਂ ਇਹਨਾਂ ਦਾ ਪੰਜਾਬ ਮਾਡਲ ਲੋਕਾਂ ਤੱਕ ਨਹੀਂ ਪਹੁੰਚ ਸਕਿਆ, ਲੋਕਾਂ ਨੇ ਕਿਉਂ ਨਹੀਂ ਉਹਨੂੰ ਪ੍ਰਵਾਨ ਕੀਤਾ, ਗੱਲਬਾਤ ਕਰਦੇ ਹਾਂ। ਸਮਿਤ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ। ਕੀ ਹਾਲ ਹੈ ਭਾਜੀ? ਬ੍ਰਦਰ, ਪਹਿਲੀ ਗੱਲ ਤਾਂ ਮੈਂ ਪਹਿਲਾਂ ਵੀ ਕਿਹਾ, ਆਮ ਆਦਮੀ ਪਾਰਟੀ ਨੂੰ ਇਸ ਜਿੱਤ ਦੀਆਂ ਬਹੁਤ ਬਹੁਤ ਮੁਬਾਰਕਾਂ। ਮੈਂ ਅਸਲ ਵਿੱਚ ਦਿਲੋਂ ਇਸ ਗੱਲ ਵਾਸਤੇ ਖੁਸ਼ ਹਾਂ ਕਿ ਲੋਕਾਂ ਦੇ ਅੰਦਰ ਕਲੈਰਿਟੀ ਸੀ, ਉਹਨਾਂ ਨੂੰ ਜੋ ਲੱਗਿਆ ਆਪਾਂ ਇੱਥੇ ਪੋਲੀਟਿਕਸ ਕਰਨੀ ਆਏ, ਕਿਸੇ ਦੇ ਖਿਲਾਫ਼ ਨਹੀਂ ਕਰਨਾ ਹੈ, ਕਿਸੇ ਨੂੰ ਮਾੜਾ ਨਹੀਂ ਕਰਨਾ ਹੈ, ਨਾ ਚੱਕਣ ਵਿੱਚ ਧਰਨ ਵਿੱਚ ਬਿਲੀਵ ਕਰਦੇ ਹਾਂ, ਨਾ ਆਪਾਂ ਵਾਲੀ ਰਾਜਨੀਤੀ 'ਚ ਹਾਂ। ਮੈਂ ਰਾਜਨੀਤੀ 'ਚ ਹਾਂ ਕਿ ਪੰਜਾਬ ਦਾ ਕੁਛ ਭਲਾ ਕਰ ਸਕਾਂ, ਅਤੇ ਮੈਂ ਇਹ ਸੋਚਦਾ ਕਿ ਲੋਕਾਂ ਦਾ ਭਲਾ ਕਿਵੇਂ ਹੋਣਾ। 5 ਸਾਲ ਦਾ ਮੌਕਾ ਵੀ ਬਰਬਾਦ ਨਹੀਂ ਆਉਣਾ ਚਾਹੀਦਾ। ਲੋਕਾਂ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਕਰੇਗੀ, ਇਹ ਉਸ 'ਤੇ ਗੱਲ 'ਤੇ ਖਰੀ ਉਤਰੇਗੀ। ਆਪਣੇ ਪੰਜਾਬ ਦੇ ਤਾਂ ਮਸਲੇ ਹੀ ਇੰਨੇ ਨੇ, ਕੋਈ ਦਿੱਲੀ ਵਾਂਗ ਸਾਡੇ ਕੋਲ 70% ਕੇਂਦਰ ਸਰਕਾਰ ਦਾ ਬਜਟ ਤਾਂ ਨਹੀਂ ਰਿਹਾ, ਕਰਜ਼ੇ ਥੱਲੇ ਆਪਾਂ ਡੁੱਬੇ ਹੋਏ ਹਾਂ, ਜਿਹੜੇ ਮਹਿਕਮੇ ਵੱਲ ਦੇਖ ਲਓ ਮੁਸ਼ਕਲਾਂ ਨੇ। ਅਤੇ ਮੈਂ ਖੁਦ ਆਪਣੀ ਜ਼ਿੰਦਗੀ ਦੇ ਕਿੰਨੇ ਸਾਲ ਇੰਡੀਆ ਵਾਸਤੇ ਖੇਡਦਾ ਸੀ ਉਹ ਛੱਡ ਕੇ ਆਕਸਫੋਰਡ ਵਾਪਸ ਆ ਕੇ ਕਿੰਨੇ ਸਾਲ ਇਸ ਕੰਮ 'ਤੇ ਲਗਾਏ ਨੇ ਕਿ ਪੰਜਾਬ ਦੇ ਇੱਕ ਇੱਕ ਮਹਿਕਮੇ ਦੀ ਮਸਲੇ ਨੂੰ ਸਮਝਾਂ, ਮਾਫੀਆ ਨੂੰ ਸਮਝਾਂ, ਉਹਨਾਂ ਦਾ ਹੱਲ ਕੱਢਾਂ। ਅਤੇ ਲੋਕਾਂ ਨੂੰ ਲੱਗਦਾ ਹੈ, ਲੋਕਾਂ ਨੂੰ ਉਮੀਦ ਜਾਗੀ ਹੈ ਕਿ ਆਮ ਆਦਮੀ ਪਾਰਟੀ ਉਹ ਕਰੇਗੀ, ਅਤੇ ਮੈਂ ਉਮੀਦ ਰੱਖਦਾ ਉਹ ਕਰੇ। ਆਪਾਂ ਤਾਂ ਪਬਲਿਕ ਸਰਵਿਸ 'ਚ ਹਾਂ, ਇਹ ਸ਼ੁਰੂਆਤ ਹੈ, ਬੜਾ ਲੰਬਾ ਸਫ਼ਰ ਹੈ, ਇੱਕ ਇੱਕ ਮੌਕੇ 'ਤੇ ਪਹਿਰਾਦਾਰੀ ਦੇਵਾਂਗੇ, ਖੜਾਂਗੇ, ਦੇਖਾਂਗੇ, ਜਿੱਥੇ ਉਹ ਗਲਤ ਕਰਦੇ ਦੱਸਾਂਗੇ, ਐਂ ਕਰੋ, ਉਹ ਲੜਾਈ ਲੜਨਾ ਆ। ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਤਾਂ ਕਹਿੰਦੇ ਆਮ ਆਦਮੀ ਪਾਰਟੀ ਦੀ ਹਨੇਰੀ ਸੀ, ਝੱਖੜ ਸੀ, ਅਮਰਗੜ੍ਹ ਦੇ ਵਿੱਚ ਕਹਿੰਦੇ ਦੋ ਦੋ ਹਨੇਰੀਆਂ ਸੀਗੀਆਂ, ਬਾਲਟੀ ਦੀ ਵੀ ਸੀ, ਆਮ ਆਦਮੀ ਪਾਰਟੀ ਦੀ ਵੀ ਸੀ, ਹਾਲਾਂਕਿ ਅਕਾਲੀ ਦਲ ਵੀ ਉੱਥੋਂ ਦੀ ਚੋਣ ਲੜ ਰਿਹਾ ਸੀ। ਕੀ ਲੱਗਦਾ ਇਸ ਵਾਰ ਅਮਰਗੜ੍ਹ ਦੇ ਵਿੱਚ ਤੁਹਾਨੂੰ ਕੀ ਲੱਗਿਆ, ਤੁਹਾਡੇ ਹਾਰ ਦੇ ਕੀ ਕਾਰਨ ਰਹੇ? ਦੇਖੋ, ਇਮਾਨਦਾਰੀ ਸੱਚਾਈ ਦੀ ਗੱਲ ਇਹ ਹੈ ਕਿ ਇੱਕ ਪਾਸੇ ਦਾ ਲੋਕਾਂ ਦਾ ਮਨ ਸੀ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਦਾ। ਮੈਂ ਕੈਂਡੀਡੇਟ ਬਣਿਆ ਸਿਰਫ 22 ਦਿਨ ਪਹਿਲਾਂ, ਮੈਂ 22 ਦਿਨ ਪਹਿਲਾਂ ਜੋ ਉੱਥੇ ਗਿਆ, ਮੇਰੇ ਫਾਦਰ ਸਾਹਿਬ ਉੱਥੋਂ 2 ਵਾਰੀ ਜਿੱਤੇ ਸੀ, ਇੰਡੀਪੈਂਡੈਂਟ ਸੀ, 65 ਪਿੰਡ ਉਹਨਾਂ ਦੇ ਪੈਂਦੇ ਸੀ। ਮੈਂ ਜਿਸ ਪਿੰਡ ਵਿੱਚ ਜਾਂਦਾ ਲੋਕ ਕਹਿੰਦੇ ਧਨੰਦਾ ਮੁੰਡਾ ਆ ਯਾਰ, ਸਾਰੀਆਂ ਸੜਕਾਂ ਇਹਦੇ ਫਾਦਰ ਬਣਾ ਕੇ ਗਏ, ਸਕੂਲ ਬਣਾ ਕੇ ਗਏ, ਧਰਮਸ਼ਾਲਾ ਬਣਾ ਕੇ ਗਏ, ਤੁਸੀਂ 308 ਕਿਲੋਮੀਟਰ ਦੀਆਂ ਸੜਕਾਂ ਮੇਰੇ ਫਾਦਰ ਸਾਹਿਬ ਨੇ ਬਣਾਈਆਂ ਇੱਕ ਵਿਧਾਨ ਸਭਾ 'ਚ। ਲੋਕ ਉੱਥੋਂ ਮੈਨੂੰ ਆਕਸੀਜਨ ਮਿਲਦੀ ਰਹੀ ਕਿ ਲੋਕ ਕਹਿੰਦੇ ਯਾਰ ਧਨੰਦਾ ਮੁੰਡਾ, ਅਤੇ ਮੈਂ ਕਿਹਾ ਜੀ ਮੇਰੀ ਜ਼ਿੰਦਗੀ 'ਚ ਮੈਂ ਕੇਂਦਰ ਸਰਕਾਰ 'ਚ ਨੌਕਰੀ ਕੀਤੀ ਹੈ, ਮੈਂ ਪੰਜਾਬ ਸਰਕਾਰ ਸਲਾਹਕਾਰ ਰਿਹਾ, ਮੈਂ ਲੜਿਆ ਮਾਫੀਆ ਦੇ ਖਿਲਾਫ, ਮੈਂ ਵੱਡੇ ਵੱਡਿਆਂ ਦੇ ਖਿਲਾਫ ਲੜਿਆ, ਮੇਰੀ ਜ਼ਿੰਦਗੀ ਕੋਈ ਕਮੀ ਹੁੰਦੀ ਤਾਂ ਮੈਨੂੰ ਕੌਣ ਦਾ ਪਿੱਛੇ ਪੈਣ ਦੇ, ਮੈਨੂੰ ਕੋਈ ਹੱਥ ਨਹੀਂ ਲਾਉਂਦਾ, ਕਿਉਂਕਿ ਇਮਾਨਦਾਰੀ ਹੈ, ਸੱਚਾਈ ਹੈ। ਮੈਂ ਕਿਹਾ ਜੀ ਪੰਜਾਬ ਨੂੰ ਬਣਾਉਣ ਵੱਧ ਦੀ ਇੱਛਾ ਰੱਖਦਾ, ਪੰਜਾਬ ਵਾਸਤੇ ਲੜਨ ਦੀ ਇੱਛਾ ਰੱਖਦਾ, ਪੰਜਾਬ ਨੂੰ ਖੜਾ ਕਰਨ ਦੀ ਇੱਛਾ ਰੱਖਦਾ, ਆਪਦੀ ਸੈਂਟਰ ਦੀ ਨੌਕਰੀ ਉਹ ਛੱਡ ਕੇ ਆਇਆ, ਕਿਉਂਕਿ ਮੈਨੂੰ ਪਤਾ ਮੇਰੇ ਸਾਰੇ ਪਿੰਡਾਂ ਦੇ ਬੇਰੁਜ਼ਗਾਰ ਨੇ, ਉਹਨਾਂ ਦੀ ਲੜਾਈ ਲੜਨ ਆਇਆ। ਅਤੇ ਮੈਂ ਕਿਹਾ ਜੀ ਉਹ ਲੜਾਈ ਲੜਨ ਤੁਹਾਡੇ ਸਾਹਮਣੇ ਖੜਾ। ਲੋਕ ਆਪਣਾ ਇੱਕ ਮਨ ਬਣਾ ਰੱਖੇ ਸੀ, ਅਤੇ ਲੋਕਾਂ ਦਾ ਕਾਂਗਰਸ ਇੱਕ ਮਨ ਸੀਗਾ ਕਿ ਬਦਲਾਵ ਲਿਆਉਣਾ, ਵੋਟ ਨਹੀਂ ਪਾਉਣੀ ਸੀ। ਦੂਸਰੀ ਜੋ ਹਨੇਰੀ ਆਈ ਉਹ ਬਾਲਟੀ ਦੀ ਆਈ, ਤਾਂ ਦੋ ਹਨੇਰੀਆਂ ਇਕੱਠੇ ਚੱਲੀਆਂ ਲੋਕਾਂ ਨੇ, ਜਿੰਨੇ ਲੋਕਾਂ 'ਚ ਮੈਂ 22 ਦਿਨਾਂ 'ਚ ਪਹੁੰਚ ਪਾਇਆ, ਕਿਉਂਕਿ ਮੇਰੀ ਨੇਚਰ 'ਚ ਨਹੀਂ ਹੈ ਵਾਇਲੈਂਸ, ਮੇਰੀ ਨੇਚਰ 'ਚ ਨਹੀਂ ਹੈ ਚੱਕਣਾ ਤਰਨਾ, ਮੇਰੀ ਨੇਚਰ 'ਚ ਨਹੀਂ ਹੈ ਮਾੜਾ ਕਰਨਾ, ਆਪਾਂ ਚੰਗੇ ਕਰਨ ਵਾਲਿਆਂ 'ਚੋਂ। ਲੇਟ ਕਿਉਂ ਹੋਇਆ, 22 ਦਿਨ ਪਹਿਲਾਂ ਹੀ ਕਿਉਂ ਲਾਨਿਆ ਗਿਆ, ਕਿਉਂ ਨਹੀਂ ਪਹਿਲਾਂ ਟਿਕਟ ਅਨਾਊਂਸ ਹੋ ਗਈ? ਨਵਜੋਤ ਸਿੰਘ ਸਿੱਧੂ ਜ਼ਰੂਰ ਚਾਹੁੰਦੇ ਸੀ ਕਿ ਤੁਹਾਨੂੰ ਚੋਣ ਲੜਾਈ ਜਾਵੇ, ਤਾਂ ਕੀ ਪਾਰਟੀ ਦੇ ਵਿੱਚ ਕੋਈ ਬਗਾਵਤ ਵੀ ਉੱਠ ਰਹੀ ਸੀ?
अच्छा मैनू तो आप नहीं पता से मैं टिकट देने लगे, ठीक है जी। मैं अप्लाई भी नहीं किया, मैं एंड तक मैं तो कम कर रहा आपका, मैं जो मैं पहला पता होता मैं आप उत्थे चला जाता। तुसी ये नोटिस करो कि जेड़े बंदे ने करना होंदा वो एक गेड़ा तो मारदा, वो कदे तो पहुँचता। मेरे को जिहड़ी जिम्मेवारी सी, जो मैनीफेस्टो के काम की जिम्मेवारी सी, ऑर्गेनाइज मैं वो कर रहा सीगा, मैं उत्थे गया नहीं। तुसी ये कहने सी तुहाडा चोण लड़न दा मन सी? देखो मेरा पंजाब नवजोत सिंह सिद्धू दे प्रेशर करके लड़नी पई। देखो हरीश चौधरी जी कहिंदे ने साडे इंचार्ज कि मेरी योग्यता देखदे पार्टी वास्ते पंजाब वास्ते मेरा काम देखदे उन्हें टिकट दित्ती है। चन्नी साहब का कहना है कि स्मिथ का काम देखते दे, पोलीटल सोच देखते दे कि पंजाब वास्ते की करना चाहता है, मन साफ है, इन्हें सू टिकट दी है। सिद्धू साहब का यह कहना है कि उन्होंने हाई कमांड ने देखा कि उन्होंने मौका देना, जब उन्होंने सब ने बनाया कि स्मिथ असल लड़ाई, तो मैंने भी यह समझ आया कि असल लड़ाई लोगों जाके लोगों की ताकत लोगों को वापस देन च है। तुम एक बड़ी ऑनेस्ट जी गल करते हैं, इलैक्शन आदि रहा आप सलाहकारी सपोर्ट नाल बदलाव नहीं आता, असल में जी लड़ाई है वो पिंडा की ताकत पिंडा नूं देखे है, शहर की शायद वार्डों का वापस देखे। सीट के नाल भी बदलाव तो नहीं आ सकता, लगता नहीं सी वड्डी पावर सी जे तुहाडी इन्नी कॉन्ट्रीब्यूशन सी, तुसी बाहर रह के भी सलाह दे सकते, पूरी सरकार नूं चला सकते जी, सिद्धू नूं भी मौका मिल जाता तुसी सरकार चला सकते। देखो जिस तरह पार्टी नूं सही लग्या उन्होंने फैसला लिया, उन्होंने लग्या कि उस सीट पर बड़ी सच्चाई की गल है कि पार्टी नूं लगता सी डी कैटेगरी सीट असीं हारे पए हां, ठीक है, पार्टी नूं लगता सी सीट असीं जित नहीं सकते। पार्टी नूं लग्या कि इत्थे जाके ये मुंडा काम करने, पार्टी ने तुहाडा पोलीटिकल करियर शुरू होंदे ही खत्म कर दिता। मेरा तो शुरू होया, मैं तो बड़ा खुश हाँ कि मैं 5 साल लोगों विचरन का मौका मिलेगा, एक एक बंदे को जावे मसले समझा हल करा, आप लड़ाई की लड़नी है, पावर है कि मेरे वर्गे बंदे वास्ते, मेरे फादर 10 साल MLA रहे उस वक्त खेती करते हैं, पावर है कि सानू कोई ना पावर ना पैसे का। पार्टी के भी बहुत सारे लोग ये कहें उत्थे जसविंदर धमान होनी भी खड़े हुए हैं, कहें कि सिद्धू ने अपना भतीजा सैट कर लिया और सुरजीत धमान ने अपना भतीजा सैट कर लिया, कहें सीट लैके आपस में सहमति होगी। अमरगढ़ उस छड़ के आए, उन्होंने उत्थों की दमन बाजवाई टिकट कटवा के जसविंदर धमान सैट कर दिता और नवजोत सिंह सिद्धू ने तुम अमरगढ़ तो सैट कर। देखो ये मैं भी कह रहा पार्टी के बड़े व्डे फैसले ने, ये जिमें हरीश चौधरी जी ने कहा, चन्नी साहब ने कहा, सिद्धू साहब ने आके हल्के क्या कि कहड़ी योग्यता देख के दी, किम देख के दी, जो पार्टी को लगता से कोई होर चांस नहीं दिती। तो मैं ये लगता है कि मेरी लड़ाई तो शुरुआत हुई है, हजे तो असी मेरे खिलाफ़ जो जितते ने उन्होंने 500 करोड़ का नॉन परफॉर्मिंग एसैट से, 380 करोड़ माफ़ हो गए, 120 करोड़ दते ने, वो तो कोई आम आदमी नहीं, चौथी पार्टी चो इलैक्शन लड़ रहे हैं। मेरे फादर साहब उही जमीन है जो दादा जुड़े सी, पिंड रेंदे ने खेती करते हैं, मैं तो सब कुछ त्याग के राजनीति चाया, मैं तो सब कुछ छड़ के राजनीति चाया, असल आम आदमी का आया। साड़ी लड़ाई तो तुम ये देखो कि जेड़े जितते ने उन्होंने क्रिमिनल बैकग्राउंड की है, सारे पार्ट स्टेट में उन्होंने करना की है, मैं चाहना वो भले तो भला कर, उस गल की पैरादारी करने वास्ते लोग होने चाहिए ने। शायद पार्टी ने समझा कि मैनू इस जर आप मेरी कॉन्ट्रीब्यूशन पंजाब को देख के, मेरी मुहब्बत पंजाब को देख के उन्होंने मेरी एक शुरुआत की है। दीप सिद्धू फैक्टर किन्ना क हावी रहा अमरगढ़ के, अक्सर असं वेखते हैं सिमरजीत सिंह मान यही कहें कि कौम मेरा साथ नहीं दिंदी, मेरी कौम मैनू ही नहीं वोटा पाँदी, पर इस बार फिर भी वोटा उन्होंने वध भी पईआं ने, दीप सिद्धू फैक्टर चलिया। लोग कहते हैं कि काफ़ी इमोशनल वोट सी, तो जिहड़ी साडी पोलिटिक्स है, जिहड़ी मेरी पोलिटिक्स है, मैं तो लोगों को आम कहिंदा, मैं कह यार इमोशनल ना खेलण दी, थोनू झूठे वादे करन दी एक वादा नहीं किया, मैं कह ये सिस्टम है, मेरे ना कोई सवाल करे मैं जवाब दिना, असी गल करते हैं, थोड़ी सुनना आ, तो पंजाब नूं बचाण वास्ते, पंजाब दी लड़ाई लड़ाने वास्ते हर मसले का हल लभण दी कोशिश की है, तो करदा रहांगा, कोई इमोशनल मुद्दा बना के लड़ाई लड़न की गल नहीं है। पर लोग भावुक सी, वो एक वल नूं गए, वो एक चीज़ सी होगी, अपना ये थोड़ी है कि आ नहीं मिले तो आप खत्म हो गए, अपनी तो शुरुआत हुई है। मैनूं तो बहुत खुशी है कि मैनूं पंजाब की सेवा करन दा मौका मिले, बड़ा लंबा सफर है, दिन रात एक होकर मेहनत करांगे। तुसीं तां नवजोत सिंह सिद्धू दे बेहद करीबी है, और नवजोत सिंह सिद्धू जदों एक वह भी टाइम से घर के कोई बयान नहीं देंदे, सिर्फ ट्वीट करते, एक आप कह सकते हैं इदा लगता कि नवजोत सिंह सिद्धू शायद एक्टिव पॉलिटिक्स के पता नहीं कदों वापसी एंट्री करेंगे, तुसी बहुत उन्होंने एक बैकबोन बन के काम किया, और अज जिथे कांग्रेस की हार हुई है बहुत सारे कांग्रेस के लीडर भांडा जिहड़ा है वह नवजोत सिंह सिद्धू के सिर के उत्ते भन रहे हैं कि सिद्धू की बयानबाजिया के कारण पार्टी हारी है, जो उन्होंने चन्नी के उत्ते हमेशा क्रॉस क्वेश्चंस किए उसका नुकसान अज पार्टी झलना पै रहा है, तुहानू की लगता है कि वाकई ही जो सिद्धू उन्होंने बयानबाजिया से वो पार्टी नुकसान पहुँचा के गई? देखो मैनू लगता है कि जिहड़े तुसीं सवाल पूछ रहे ना, ये बड़े बड़े लोगों के बड़े सवाल ने, तो ये इन्हें वो किया तो उन्हें आ किया सवाल ने,
ਪਹਿਲੀ ਗੱਲ ਤਾਂ ਉਹਨੂੰ ਬੇਸ 'ਤੇ ਆਹੀ ਲੱਗਦੀ ਹੈ ਕਿ ਇਸ ਤੋਂ ਹੁਣ ਪਾਰਟੀ ਨੂੰ ਉੱਠ ਜਾਣਾ ਚਾਹੀਦਾ, ਤੁਹਾਡਾ ਕੰਮ ਹੈ ਤੁਸੀਂ ਕਰਦੇ ਰਹਿਣਾ ਕਿਉਂਕਿ ਮੀਡੀਆ ਦਾ ਕੰਮ ਹੈ, ਪਾਰਟੀ ਨੂੰ ਉੱਠ ਜਾਣਾ ਚਾਹੀਦਾ। ਹੁਣ ਨਾ ਸੰਘਰਸ਼ ਦਾ ਦੌਰ ਆਇਆ, ਹੁਣ ਅਸਲ ਜੀ ਪੰਜਾਬ ਵਾਸਤੇ ਲੜਨ ਦਾ ਦੌਰ ਆਇਆ, ਹੁਣ ਅਸੀਂ ਲੋਕਾਂ ਜਾ ਕੇ ਲੋਕਾਂ ਦੇ ਹੱਕਾਂ ਵਾਸਤੇ ਆਪਾਂ ਈ ਟੀ ਟੀਚਰ ਪੱਕੇ ਕਰਨੇ ਇਹਨਾਂ ਨੇ, 1,000 ਰੁਪਏ ਦੇਣੇ ਆ। ਅਤੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਰਾਘਵ ਚੱਡਾ ਜੀ ਨੇ ਕਿਹਾ 30,000 ਰੇਤੇ 'ਚੋਂ ਕੱਢਣਗੇ, ਮੈਂ ਉਡੀਕ ਕਰਾਂਗਾ। ਮੈਂ ਦੇਖਣਾ ਚਾਹੁੰਦਾ ਲਿਕਰ ਦੀ ਪਾਲਿਸੀ ਕੌਣ ਲਿਖਦਾ, ਕਿਤੇ ਕੋਈ ਲਿਕਰ ਮਾਫੀਆ ਤਾਂ ਨਹੀਂ ਲਿਖ ਰਿਹਾ। ਉਹ ਲੜਾਈ ਲੜਨ ਦੀ ਲੋੜ ਹੈ। ਇਸ ਬੜੇ ਹਿਸਟੋਰੀਅਨ ਨੇ ਗੱਲ ਕਹਿੰਦੇ ਨੇ ਕਿ ਭਗਤ ਸਿੰਘ ਜੀ ਸ਼ਾਇਦ ਚਿੱਟੀ ਪੱਗ ਬੰਨਦੇ ਸੀ, ਕਿਉਂਕਿ ਉਹਨਾਂ ਤਸਵੀਰਾਂ ਸਿਰਫ 4 ਨੇ, ਉਹਨਾਂ 2 ਪੱਗ ਪਾਈਆਂ, ਇੱਕ ਖੁੱਲ੍ਹੀ ਇੱਕ ਟੋਪੀ ਵਾਲੀ ਆ, ਇੱਕ ਬਾਲ ਖੁੱਲ੍ਹੇ ਨੇ। ਪੀਲੀ ਪੱਗ ਇਕੱਠੀਆਂ ਕਰਾਉਣਾ ਆਸਾਨ ਆ, ਭਗਤ ਸਿੰਘ ਦੀ ਸੋਚ 'ਤੇ ਚੱਲਣਾ ਮੁਸ਼ਕਿਲ ਹੈ। ਕੱਲ੍ਹ ਖੜਕੜ ਕਲਾਂ ਦੇ ਵਿੱਚ ਸੋਚ ਚੁੱਕ ਰਹੇ ਨੇ ਔਰ ਬਸੰਤੀ ਪੱਗ ਬੰਨ ਕੇ ਉਹਨਾਂ ਨੇ ਕਿਹਾ ਕਿ ਉੱਥੇ ਪਹੁੰਚੋ। ਹਾਂ, ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ, ਆਪਾਂ ਹਿਸਟਰੀ 'ਚ ਰੋਲੀਏ, ਸੱਚੀ ਪੀਲੀ ਪੱਗ ਬੰਨਦੇ ਸੀ। ਮੈਂ ਕਿਹਾ ਬੰਨਦੇ ਹੋਣਗੇ, ਪਰ ਸੱਚੀ ਲੱਭ ਲਈਏ, ਕਿਤੇ ਕੋਈ ਸਾਨੂੰ ਇਮੋਸ਼ਨਲੀ ਉੱਥੇ ਤਾਂ ਵੀ ਲੈ ਕੇ ਜਾ ਰਿਹਾ। ਮੈਂ ਕਿਹਾ ਬਣਦੇ ਹੋਣਗੇ ਤਾਂ ਬੰਨੋ, ਪਰ ਭਗਤ ਸਿੰਘ ਦੇ ਰਾਹ 'ਤੇ ਚੱਲੋ, ਭਗਤ ਸਿੰਘ ਨੂੰ ਆਪਣੇ ਦਿਲ 'ਚ ਰੱਖੋ। ਇਮੋਸ਼ਨ ਅਤੇ ਵਾਅਦਿਆਂ 'ਤੇ ਵੋਟ ਪਾਉਣਾ ਆਸਾਨ ਹੈ, ਉਹ 'ਤੇ ਖਰੇ ਉਤਰਨ ਦੀ ਲੜਾਈ ਹੈ, ਲੋਕਾਂ ਦੇ ਹੱਕ ਵਾਸਤੇ ਲੜਨ ਦੀ ਲੜਾਈ ਹੈ। ਜਿਸ ਤਰ੍ਹਾਂ ਭਗਤ ਸਿੰਘ ਚਾਹੁੰਦੇ ਸੀ, ਉਸ ਤਰ੍ਹਾਂ ਹੱਕ ਵਾਸਤੇ ਲੜਨ ਦੀ ਲੜਾਈ ਹੈ। ਮੈਂ ਤਾਂ ਚਾਹੁੰਦਾ ਕਿ ਪੰਜਾਬ ਦਾ ਹਰ ਬੰਦਾ ਬਸੰਤੀ ਪੱਗ ਬੰਨੇ, ਜੇ ਉਸਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹ ਭਗਤ ਸਿੰਘ ਦੀ ਰਾਹ 'ਤੇ ਚੱਲ ਰਿਹਾ। ਪਰ ਇੱਕ ਦਿਨ ਦਾ ਮਹਿਸੂਸ ਹੈ, ਹਫ਼ਤੇ ਦਾ ਮਹਿਸੂਸ ਹੈ, ਮਹੀਨੇ ਦਾ ਮਹਿਸੂਸ ਹੈ, ਉਸ ਤੋਂ ਬਾਅਦ ਰੋਜ਼ਗਾਰ ਦੀ ਲੜਾਈ ਹੈ, ਉਸ ਤੋਂ ਬਾਅਦ ਸਕੂਲ ਦੀ ਲੜਾਈ ਹੈ, ਹੈਲਥ ਕੇਅਰ ਦੀ ਲੜਾਈ ਹੈ। ਮੈਂ ਤਾਂ ਇਸ ਸਿਸਟਮ ਦੇ ਖਿਲਾਫ਼ ਜੋ ਮਾੜਾ ਹੋ ਗਿਆ ਨਾ, ਅੰਦਰ ਰਹਿ ਕੇ ਲੜਦਾ ਹਾਂ। ਪਰ ਕੀ ਪੰਜਾਬ ਮਾਡਲ ਲੋਕਾਂ ਨੂੰ ਪਸੰਦ ਨਹੀਂ ਆਇਆ ਜੋ ਉਹਨਾਂ ਨੇ ਵੋਟ ਨਹੀਂ ਪਾਈ, ਜਾਂ ਫਿਰ ਤੁਸੀਂ ਪਹੁੰਚਾ ਨਹੀਂ ਪਾਏ ਆਪਸ ਦੇ ਵਿੱਚ? ਜਿਸ ਤਰੀਕੇ ਨਾਲ ਤੁਹਾਡੇ ਪਾਰਟੀ ਦੇ ਵਿੱਚ ਹੀ ਕਲੇਸ਼ ਚੱਲਦਾ ਰਿਹਾ, ਉਸਨੇ ਪੰਜਾਬ ਮਾਡਲ ਨੂੰ ਸਾਈਡ ਦੇ ਉੱਤੇ ਕਰ ਦਿੱਤਾ ਔਰ ਚਰਚਾ ਸਿਰਫ ਇਹੀ ਰਹੀ ਚੰਨੀ ਕਦੀ ਸਿੱਧੂ, ਚੰਨੀ ਕਦੀ ਸਿੱਧੂ। ਦੇਖੋ, ਜਿਹੜੀ ਚੰਗੀ ਚੀਜ਼ ਹੁੰਦੀ ਹੈ ਨਾ, ਉਹਨੂੰ ਉਹ ਕਹਿੰਦੇ ਨੇ ਨਾ ਕਿ ਝੂਠ ਆਉਣ ਤੱਕ ਪੂਰਾ ਸਫ਼ਰ ਕਰਕੇ ਆਉਂਦਾ, ਜਦ ਤੱਕ ਜੁੱਤੀ ਪੈਂਦੀ ਹੈ ਸੱਚ ਦੇ। ਇਹ ਹਜੇ ਲੜਾਈ ਦੀ ਸ਼ੁਰੂਆਤ ਹੋਈ ਹੈ, ਨਾ ਤਾਂ ਮੈਂ ਹਾਰਿਆ ਅਤੇ ਪੰਜਾਬ ਮਾਡਲ ਦੀ ਸੋਚ ਤਾਂ ਕਦੇ ਹਾਰ ਨਹੀਂ ਸਕਦੀ। ਮੈਂ ਤਾਂ ਲੋਕਾਂ ਨੂੰ ਜਾ ਕੇ ਕਹਿੰਦਾ ਸੀ ਇਲੈਕਸ਼ਨ ਲੜਦੇ ਵਕਤ, ਮੈਂ ਕਿਹਾ ਯਾਰ ਮਹਿਕਮਾ ਇਹਦਾ ਹੱਲ ਹੈ, ਐਜੂਕੇਸ਼ਨ ਦਾ ਹੱਲ ਹੈ, ਲਿਕਰ ਮਾਫੀਆ ਦਾ ਹੱਲ ਹੈ, 37,000 ਕਰੋੜ ਪਾ ਲਓ, ਸ਼ਰਾਬ ਇਹਦਾ ਸੈਂਡ ਮਾਫੀ ਦਾ ਹੱਲ ਹੈ, ਟਰਾਂਸਪੋਰਟ ਦਾ ਹੱਲ ਇਹ ਹੈ, ਹੱਲ ਕਰਾਓ ਯਾਰ ਤੁਸੀਂ। ਆਪਾਂ ਪਿੰਡਾਂ ਦੀ ਤਾਕਤ ਪਿੰਡਾਂ 'ਚ ਲੈ ਕੇ ਆਈਏ, ਪੰਚਾਇਤ ਸੈਕਟਰ ਨੂੰ ਛੱਡੀਏ, ਸਰਪੰਚਾਂ ਕੋਲ ਆਉਣ, ਆਪਾਂ ਵਾਰਡਾਂ ਦੀ ਤਾਕਤ ਤੁਹਾਡੇ ਕੋਲ ਲੈ ਕੇ ਆਈਏ, ਵਾਰਡ 'ਚ ਰਹਿਣ ਹੋਏ ਲੋਕ ਦੱਸਣ ਉਰੇ ਵਿਕਾਸ ਉਸ ਤਰ੍ਹਾਂ ਹੋਵੇ। ਆਪਾਂ ਇੰਡਸਟਰੀ ਦੇ ਪਿੱਛੇ ਧੱਕੇ ਖਾਂਦੇ ਫਿਰਦੇ, ਜਿਹੜੀ ਇੰਡਸਟਰੀ ਭੱਜ ਰਹੀ ਉਹਨੂੰ ਬਚਾ ਲਈਏ, ਉਹਦੇ CLU ਆਸਾਨ ਕਰ ਦਈਏ, ਸਿੰਗਲ ਵਿੰਡੋ ਸਿਸਟਮ ਡਿਸਟ੍ਰਿਕਟ ਲੈਵਲ 'ਤੇ ਲੈ ਕੇ ਆਈਏ। ਆਪਾਂ ਖੇਤੀ ਵਿੱਚ ਹੋਰ ਫਸਲਾਂ 'ਤੇ MSP ਕਿਵੇਂ ਦੇਣੀ ਹੈ? ਇਕੱਲਾ ਖੇਤੀ ਕਾਨੂੰਨ ਜਿੱਤ ਕੇ, ਕਿੰਨੀ ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਜਿੱਤ ਕੇ ਪੰਜਾਬ ਦੀ ਕਿਸਾਨੀ ਤਾਂ ਨਹੀਂ ਬਚੀ? ਆਤਮ ਹੱਤਿਆ ਤਾਂ ਹੁਣ ਵੀ ਹੋ ਰਹੀ ਹੈ, ਉਪਜ ਤਾਂ ਹੁਣ ਵੀ ਘੱਟ ਰਹੀ ਹੈ, ਲਾਗਤ ਤਾਂ ਹੁਣ ਵੀ ਵੱਧ ਰਹੀ ਹੈ ਨਾ, ਤਾਂ ਉਹਦੀ ਲੜਾਈ ਕਿਵੇਂ ਲੜਨੀ ਹੈ? ਮੈਂ ਆਪ 4-5 ਸਾਲ ਕੰਮ ਕੀਤਾ ਕਿ ਕਿਸਾਨੀ ਨੂੰ ਹੋਰ ਫਸਲਾਂ 'ਤੇ MSP ਕਿਵੇਂ ਦੇਣੀ ਹੈ, ਕੋਲਡ ਸਟੋਰ ਕਿਵੇਂ ਬਣਾਉਣੇ ਨੇ, ਉਹ ਲੜਾਈ ਤਾਂ ਸ਼ੁਰੂ ਹੋਈ ਹੈ। ਮੈਂ ਤਾਂ ਚਾਹੁੰਦਾ ਆਮ ਆਦਮੀ ਪਾਰਟੀ ਕਰ ਲੇ, ਅੱਛੀ ਗੱਲ ਹੈ ਨਾ, ਆਪਾਂ 5 ਸਾਲ ਕਿਉਂ ਬਰਬਾਦ ਕਰਨੇ? ਆਮ ਆਦਮੀ ਪਾਰਟੀ ਇਹ ਸਾਰੇ ਲਾਗੂ ਕਰੇ। ਮੈਂ ਤਾਂ ਆਪਣੀ ਮੇਰੀ ਇਲੈਕਸ਼ਨ ਕੰਪੇਨ ਸਪੀਚ ਸੁਣਨਾ, ਮੈਂ ਲੋਕਾਂ ਨੂੰ ਕਹਿੰਦਾ ਸੀ, ਮੈਂ ਕਿਹਾ ਤੁਹਾਡਾ ਜੇ ਮਨ ਹੈ ਕਿ ਬਦਲਾਅ ਚਾਹੀਦਾ, ਆਪਾਂ ਤਾਂ ਇਹ ਮਾੜੇ ਸਿਸਟਮ ਦਾ ਹਿੱਸਾ ਨਹੀਂ, ਮੈਂ ਤਾਂ ਮਾਫੀਆ ਦਾ ਹਿੱਸਾ ਨਹੀਂ, ਮੈਂ ਤਾਂ ਪੰਜਾਬ ਵਾਸਤੇ ਕੁਝ ਕਰਨਾ ਆ। ਪਰ ਜੇ ਤੁਹਾਡਾ ਮਨ ਹੈ ਕਿ ਆਮ ਆਦਮੀ ਪਾਰਟੀ ਕਰੇ, ਤੁਸੀਂ ਪਹਿਰੇਦਾਰੀ ਕਰਨਾ ਉਹਨਾਂ ਤੋਂ ਕਰਾਉਣਾ ਯਾਰ, ਤੁਸੀਂ ਕਰਾਓ। ਸਿੱਧੂ ਨਾਲ, ਨਵਜੋਤ ਸਿੰਘ ਸਿੱਧੂ ਨਾਲ ਗੱਲ ਕੀ ਹੋਈ ਜਦੋਂ ਜਿਸ ਦਿਨ ਹਾਰ ਹੋਈ ਕਾਂਗਰਸ ਦੀ? ਸਿੱਧੂ ਦਾ ਕੀ ਕਹਿਣਾ ਸੀ? ਸਿੱਧੂ ਦਾ ਮਨ ਉਦਾਸ ਹੋਇਆ ਕਿ ਪੰਜਾਬ ਮਾਡਲ ਦਾ ਜਿਹੜਾ ਸੁਪਨਾ ਸੋਚਿਆ ਸੀ ਉਹ ਪੂਰਾ ਨਹੀਂ ਹੋ ਸਕਿਆ? ਕੀ ਉਹਨਾਂ ਦਾ ਟੇਕ ਸੀਗਾ ਇਸ ਦੇ? ਦੇਖੋ, ਮੈਂ ਤੁਹਾਨੂੰ ਆਪਣੇ ਬਾਰੇ ਦੱਸ ਸਕਦਾ, ਮੈਂ ਆਪਣੇ ਬਾਰੇ ਤੁਹਾਨੂੰ ਇੰਨਾ ਕਹਿ ਸਕਦਾ ਕਿ ਮੈਂ ਪੰਜਾਬ ਰੱਬ ਦੀ ਰਜ਼ਾ 'ਚ ਰਾਜ਼ੀ ਰਹਿਣਾ, ਮੈਂ ਪੰਜਾਬ ਦੀ ਰਜ਼ਾ 'ਚ ਰਾਜ਼ੀ ਰਹਿਣਾ। ਮੈਂ ਬੜੀ ਉਮੀਦਾਂ ਨਾਲ ਸੋਚ ਰਿਹਾ ਕਿ ਜੇ ਲੋਕ ਇੰਨੀਆਂ ਉਮੀਦਾਂ ਨਾਲ ਕਿਸੇ ਨੂੰ ਜ਼ਿੰਮੇਵਾਰੀ ਦੇ ਰਹੇ ਹਾਂ, ਮੈਂ ਚਾਹੁੰਦਾ ਇਹ ਪਾਰਟੀ ਉਮੀਦਾਂ ਉਤਰੇ। ਮੈਂ ਕਿਉਂ ਕਹਿ ਰਿਹਾ ਪੱਗ ਦੀ ਗੱਲ? ਮੈਂ ਕਿਉਂ ਕਹਿਣਾ ਸਾਰੇ ਬੰਨਣ? ਮੈਂ ਕਿਉਂ ਕਹਿ ਰਿਹਾ ਕਿ ਚਿੱਟੀ ਤਾਂ ਨਹੀਂ ਸੀ ਕਿਤੇ, ਕਿਉਂਕਿ ਬਹੁਤ ਹਿਸਟੋਰੀਅਨ ਲਿਖਦੇ ਨੇ? ਇਸ ਕਰਕੇ ਕਹਿ ਰਿਹਾ ਕਿ ਹੁਣ ਲੜਾਈ ਨਾ ਸੱਚੀ ਪੰਜਾਬ ਦੇ ਮਸਲੇ ਹੱਲ ਕਰਨ ਦੀ ਹੈ, ਬਹੁਤ ਮੁਸ਼ਕਿਲਾਂ ਨੇ। ਮੈਨੂੰ ਉਹ ਮੁਸ਼ਕਿਲਾਂ ਅੰਦਰ ਬਹਿ ਕੇ ਦੇਖਦੀਆਂ ਸੀ, ਅਸੀਂ ਉਹਨਾਂ ਖਿਲਾਫ਼ ਲੜੇ ਤਾਂ ਹੀ ਕੈਪਟਨ ਸਾਹਿਬ ਲਾਏ, ਕਿਉਂਕਿ ਮਹਿਸੂਸ ਹੋ ਰਿਹਾ ਸੀ ਯਾਰ ਜਿੱਤੀਏ ਹਾਰੀਏ ਕੰਮ ਹੀ ਬੜਾ ਖਰਾਬ ਹੋ ਗਿਆ, ਬਹੁਤ ਮਾੜਾ ਕੰਮ ਹੋ ਗਿਆ, ਹੁਣ ਉਹਨੂੰ ਠੀਕ ਕਿਵੇਂ ਕਰਨਾ? ਤਾਂ ਕਹਿੰਦੇ ਉਹਦਾ ਵੀ ਨਹੀਂ ਹੋਇਆ ਨਾ, ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੂ ਨੇ ਲਾਇਆ ਪਰ ਫਾਇਦਾ ਫਿਰ ਵੀ ਨਹੀਂ ਹੋਇਆ, ਪਾਰਟੀ ਦਾ ਨੁਕਸਾਨ ਹੀ ਹੋਇਆ। ਤੁਸੀਂ ਇਲੈਕਸ਼ਨ ਦੀ ਜਿੱਤ ਹਾਰ ਦੇਖ ਰਹੇ ਹੋ, ਮੈਂ ਕਹਿ ਰਿਹਾ ਪੰਜਾਬ ਦੇ ਸਫ਼ਰ ਨੂੰ ਦੇਖੋ। ਕਾਂਗਰਸ ਦੀ ਹਾਰ ਜਿਹੜੀ ਹੋਈ ਹੈ, ਇਸ ਨੂੰ ਰਿਵਾਈਵ ਕਿਵੇਂ ਕਰ ਪਾਉਂਗੇ? ਇਸਦਾ ਤਾਂ ਸੰਘਰਸ਼ ਦਾ ਦੌਰ ਸ਼ੁਰੂ ਹੋਇਆ, ਹੁਣ ਜੇ ਇਕੱਠੇ ਹੋ ਕੇ ਲੜਾਈ ਲੜਾਂਗੇ, ਪੰਜਾਬ ਦੇ ਹੱਕ ਦੀ ਲੜਾਈ ਲੜਾਂਗੇ, ਇਕੱਠੇ ਲੱਗਦਾ ਹੋ ਜਾਣਗੇ ਜਿਹੋ ਜਿਹੇ ਇਸ ਵੇਲੇ ਹਾਲਾਤ ਨਜ਼ਰ ਆ ਰਹੇ ਨੇ ਇੱਕ ਦੂਸਰੇ ਦੇ ਉੱਤੇ, ਇਹੋ ਜਿਹੇ ਤਿੱਖੇ ਬਿਆਨ ਦੇ ਰਹੇ ਨੇ, ਇਹ ਤੁਹਾਨੂੰ ਤਸਵੀਰ ਲੱਗਦੀ ਹੈ ਇਕੱਠੇ ਹੋਣ ਵਾਲੀ? ਅਸੀਂ ਤਾਂ ਲੜਨ ਨੂੰ ਤਿਆਰ ਖੜੇ ਹਾਂ। ਕਿਸ ਨਾਲ? ਪੰਜਾਬ ਦੇ ਹੱਕ ਵਾਸਤੇ। ਮੈਂ ਤਾਂ ਚਾਹੁੰਦਾ ਆਮ ਆਦਮੀ ਪਾਰਟੀ ਚੰਗੇ ਤੋਂ ਚੰਗੇ ਕੰਮ ਕਰੇ, ਅਤੇ ਇੱਕ ਇੱਕ ਕੰਮ ਚੰਗਾ ਕਰੇ, ਉਹਦੀ ਲੜਾਈ ਲੜਾਂਗੇ ਕਿ ਉਹ ਕਰੇ, ਉਹਦੀ ਪਹਿਰੇਦਾਰੀ। ਕਾਂਗਰਸ